ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾ ਆਸ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਮੇਰੇ ਵੀਰਾਂ ਨੂੰ ਕਾਈ ਖੁਸ਼ੀ ਰਹੋ ਤੇ ਦੋਸਤੋ ਹਾਜ਼ਰ ਆਪਾਂ ਫੇਰ 14 ਮਈ 2024 ਦਿਨ ਮੰਗਲਵਾਰ ਕਤੂਰ ਦੀ ਚੀ ਮੱਜੋ 2124 ਜਰਨਾਤਾ ਮਾਰਤੇ ਦੀ ਲੈ ਕੇ ਨਵੀਆਂ-ਨਵੀਆਂ ਅਪਡੇਟ ਨਵੀਂ-ਨਵੀਂ ਜਾਣਕਾਰੀ ਤੁਹਾਡੇ ਵਾਸਤੇ ਨਾ ਤੇ ਕਿਉਂਕਿ ਇਹ ਮੈਸੋ ਹੋ ਜਾਂਦੀ ਹੈ ਵੀਡੀਓ ਨਹੀਂ ਆਉਦੀ ਕਿ ਕੰਮਾਂ ਕਾਰਾਂ 'ਚ ਬਿਜੀ ਹੋਣ ਕਰਕੇ ਕੱਲ ਵੀ ਨਹੀਂ ਆਏਗੀ। ਵੀਡੀਓ ਇਸ ਕਰਕੇ ਵੀਡੀਓ ਜਾਣਕਾਰੀ ਓਵਰਲੋਡ ਹੋ ਜਾਂਦੀ ਹੈ। ਜਾਣਕਾਰੀ ਓਵਰਲੋਡ ਹੋਣ ਦਾ ਮਤਲਬ ਇਹ ਹੈ ਕਿ ਝੂਠੀਆਂ ਅਫਵਾਵਾਂ ਬਹੁਤ ਫੈਲ ਜਾਂਦੀਆਂ। ਝੂਠੀਆਂ ਖਬਰਾਂ ਕਿਉਂਕਿ ਗਰੁੱਪਾਂ ਦੇ ਵਿੱਚੋਂ ਮੈਨੂੰ ਪਤਾ ਲੱਗਦਾ ਰਹਿੰਦਾ ਤੁਰਿਆ ਫਿਰਦਾ ਮੈਂ ਗਰੁੱਪਾਂ ਦੇ ਵਿੱਚ ਨਿਗਾਹ ਮਾਰਦਾ ਰਹਿੰਦਾ ਵੀ ਕਿਹੜੀ ਖ਼ਬਰ ਕੌਣ ਬੰਦਾ ਕਿਹੜੀ ਖ਼ਬਰ ਦੇ ਰਿਹਾ ਕਿਹੜੀ ਗਲਤ ਆ ਕਿਹੜੀ ਸਹੀ ਆ ਹਣਾ? ਤੇ ਉਸ ਨੂੰ ਮਦਨ ਇਹ ਰਾ ਦੇ ਵੀਡੀਓ ਬਣਾਉਣੀ ਪੈਂਦੀ ਆ ਤੇ ਅਮਰਜੰਸੀ ਗਰੁੱਪਾਂ ਦੇ ਵਿੱਚ ਤੁਹਾਨੂੰ ਦੱਸ ਦਈਦਾ ਤੇ ਪਰ ਫੇਰ ਵੀ ਵੀਰ ਕਈ ਗਰੁੱਪਾਂ ਦੇ ਵਿੱਚ ਹੈ ਨਹੀਂਗੇ ਜਿਨ੍ਹਾਂ ਨੂੰ ਨਹੀਂ ਕਿਸੇ ਚੀਜ਼ ਦਾ ਪਤਾ ਲੱਗਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਦੋਸਤੋ ਵੀ ਬਾਕੀ ਠੀਕ ਆ ਬਾਕੀ ਜਾਣਕਾਰੀ ਜਿਦੀ ਮਰਜ਼ੀ ਇਕੱਠੀ ਕਰੀ ਜਾਓ ਤੁਸੀਂ ਬਸ ਤੁਸੀਂ ਬਚਾਉਣਾ ਇਵੇਂ ਕਹਿੰਦੇ ਨੇ ਹੁੰਦੇ ਆਪਦਾ ਮਾਸ ਬਚਾ ਕੇ ਰੱਖਿਆ ਕਰੋ ਮਾਸ ਪੈਸੇ ਨੂੰ ਕਹਿੰਦੇ ਆਪਦਾ ਪੈਸਾ ਬਚਾਓ ਠੀਕ ਹੈ ਕਿਸੇ ਪਾਸੇ ਫਸਣ ਤੋਂ ਪੈਸਾ ਬਚਾਓ ਬਾਕੀ ਠੀਕ ਹੈ ਬਾਕੀ ਜਾਣਕਾਰੀ ਜੀ ਤੋਂ ਮਰਜ਼ੀ ਲਈ ਜਾਓ ਕੋਈ ਚੱਕਰ ਨਹੀਂ ਅਲਸ ਚੱਲਦੇ ਆ ਚੱਲਦੇ ਆ ਵੀਡੀਓ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਹੜਾ ਨਾਲ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਨਾਲੇ ਅਜੇ ਤੱਕ ਲਾਈਕ ਨਹੀਂ ਕੀਤਾ ਉਹ ਜ਼ਰੂਰ ਕਰ ਦਿਓ ਸਬਸਕ੍ਰਾਈਬਰਾਂ ਨਹੀਂ ਕਰੋ ਲਾਈਕ ਜ਼ਰੂਰ ਕਰ ਦਿਓ ਇੱਕ ਲਾਈਕ ਵਾਲੇ ਬਟਨ ਤੇ ਉਂਗਲ ਮਾਰ ਦਿਓ ਕੋਈ ਵਰਕ ਨਹੀਂ ਪੈਂਦਾ ਯਾਰ ਠੀਕ ਹੈ ਮੈਂ ਵੀ ਹੁਣ ਵੇਖ ਲੋ ਅੱਧੀ ਰਾਤ ਨੂੰ ਆ ਦੇ 11:00 ਵਜੇ ਵੀਡੀਓ ਬਣਾਉਣ ਲੱਗਾ ਤੁਹਾਡੇ ਆਸਤੇ ਬਣਾਉਣ ਲੱਗਾ ਮੈਂ ਠੀਕ ਹੈ ਇੱਕ ਲਾਈਕ ਦੇ ਦਿਓਗੇ ਤੇ ਬਹੁਤ ਮਿਹਰਬਾਨੀ ਹੋਊਗੀ ਤੇ ਅੱਛਾ ਗੱਲ ਕਰਾਂਗੇ ਸਾਲਲੇ ਪੇਪਰਾਂ ਦੀ ਸਾਲਲੇ ਪੇਪਰਾਂ ਦੀ ਗੱਲ ਕਰਾਂਗੇ ਡੋਮੈਸਟਿਕ ਪੇਪਰਾਂ ਦੀ ਗੱਲ ਕਰਾਂਗੇ 9 ਮਹੀਨੇ ਵਾਲੇ ਪੇਪਰਾਂ ਦੀ ਗੱਲ ਕਰਾਂਗੇ 9 ਮਹੀਨੇ ਵਾਲੇ ਪੇਪਰ ਤੇ ਨਾਲ ਦੇਵਾਂਗੇ ਤੁਹਾਡੇ ਸਾਰੇ ਕਮੈਂਟਾਂ ਦੇ ਤਕਰੀਬਨ ਤਕਰੀਬਨ ਜਿਹੜੇ ਜੈਨੂਇਨ ਕਮੈਂਟ ਆ ਉਹਨਾਂ ਦੇ ਜਵਾਬ ਉਹਨਾਂ ਦੇ ਵਿੱਚ ਹੀ ਸਾਰੀ ਜਾਣਕਾਰੀ ਤੇ ਨਾਲ ਹੀ ਦੱਸਾਂਗੇ ਫੇਕ ਨਿਊਜ਼ ਜਿਹੜੀਆਂ ਚੱਲ ਰਹੀਆਂ ਉਹਦੇ ਬਾਰੇ ਥੋੜੀ ਜੀ ਗੱਲਬਾਤ ਕਰਾਂਗੇ ਫੇਕ ਨਿਊਜ਼ ਤੇ ਆਪਣੇ ਪਹਿਲਾਂ ਸਭ ਤੋਂ ਪਹਿਲਾਂ ਚਲੋ ਛੱਡੋ ਸਭ ਤੋਂ ਪਹਿਲਾਂ ਫੇਕ ਨਿਊਜ਼ ਮੈਨੂੰ ਪਰਸੋਂ ਦੇ ਮੈਸੇਜ ਆ ਰਹੇ ਆ ਪਰਸੋਂ ਦੀ ਇੱਕ ਮੇਰੇ ਨਾਲ ਵੀਡੀਓ ਵੀਡੀਓ ਨਹੀਂ ਸੌਰੀ ਫੋਟੋ ਸ਼ੇਅਰ ਕਰਦੇ ਮੇਰੇ ਵੀਰ ਭਈ ਜਿਹੜੇ ਹੁਣ ਆਪਾਂ ਪੇਪਰ ਭਰਾ ਸਕਦੇ ਆ ਭਈ 40000 ਦਾ ਕੋਟਾ ਸਰਕਾਰ ਨੇ ਹੋਰ ਕੱਢਿਆ ਲਬੀ ਹੁਣ ਆਪਾਂ ਪੇਪਰ ਪ੍ਰਵਾਸ ਸਕਦੇ ਆ ਮੈਨੂੰ ਸਾਡੇ ਏਜੰਟ ਨੇ ਆ ਭੇਜੀ ਆ ਫੋਟੋ ਵੀ 40 ਈਅਰ ਦਾ ਕੋਟਾ ਨਿਕਲਿਆ 2 ਮਈ ਤੋਂ ਪੇਪਰ ਸ਼ੁਰੂ ਹੋ ਗਿਆ ਭਰਨੇ ਤੇ ਫਲਾਣਾ ਫਲਾਣ ਤਰੀਕਾ ਸੋ ਦੋਸਤੋ ਬਿਲਕੁਲ ਫੇਕ ਆ ਇਹ ਜੇਕਰ ਤੁਹਾਨੂੰ ਕੋਈ ਤੁਹਾਡਾ ਏਜੰਟ ਕਹਿੰਦਾ ਵੀ ਆ ਆ ਬਿਲ ਸਰਕਾਰੀ ਲਿਸਟ ਆਈ ਆ ਫਿਰ 2 ਮਈ ਤੋਂ ਪੇਪਰ ਭਰਨੇ ਸ਼ੁਰੂ ਆ ਬਿਲਕੁਲ ਫੇਕ ਆ ਉਹ ਐਡਿਟ ਕੀਤੀ ਵੀ ਕਿਸੇ ਦੀ ਫੋਟੋ ਆ ਠੀਕ ਆ ਜੀੜੀ ਘੁੰਮ ਰਹੀ ਆ ਚਾਰੇ ਪਾਸੇ ਘੁੰਮ ਰਹੀ ਐ ਜਿਵੇਂ ਮੈਂ ਆਦੇ ਵਕੀਲ ਨੂੰ ਭੇਜੀ ਉਹ ਕਹਿੰਦਾ ਕਹਿੰਦਾ ਸਿਵਿਆ ਵੀ ਕਿਸੇ ਕਾਨੂੰਨ ਚ ਹੀ ਹੈ ਨਹੀਂ ਗਾ ਤਾਂ ਕੁਛ ਕਹਿੰਦਾ ਇਹ ਤੇਰੇ ਕੋ ਕਿੱਥੋਂ ਆ ਗਈ ਮੈਂ ਕਿਹਾ ਐਂ ਘੁੰਮਦੀ ਘਮੋਦੀ ਮੇਰੇ ਕੋਲੇ ਆ ਗਈ ਕਹਿੰਦਾ ਬਚ ਕੇ ਰਹੁ ਕਹਿੰਦਾ ਐਡਿਟ ਕੀਤੀ ਵੀ ਆ ਇਹ ਸਾਰੀ ਕੋਈ ਖਬਰ ਨਹੀਂ ਗਈ ਵੀ ਜੇਕਰ ਤੁਹਾਨੂੰ ਹੁਣ ਕੋਈ ਕਹਿੰਦਾ ਵੀ ਪੇਪਰ ਤੁਹਾਡੇ ਭਰਾ ਦੂਗਾ ਠੀਕ ਆ ਪੇਪਰ ਹੁਣ ਭਰੇ ਜਾਣਗੇ ਮਾ ਅਗਲੀ ਫਰਵਰੀ ਦੇ ਵਿੱਚ ਕਲੈਕ ਹੋਣੇ ਆ ਦੋਸਤੋ ਉਸ ਤੋਂ 2 ਮਹੀਨੇ ਪਹਿਲਾਂ ਮਤਲਬ ਜਨਵਰੀ ਤੋਂ ਪੜਨੇ ਸ਼ੁਰੂ ਹੋ ਜਾਣਗੇ ਪੀਪਰ ਹਨਾ ਜਨਵਰੀ 2025 ਤੋਂ ਉਸ ਤੋਂ ਪਹਿਲਾਂ बच ਕੇ ਰਹੋ ਜੇਕਰ ਤੁਹਾਨੂੰ ਕੋਈ ਕਹਿੰਦਾ ਠੀਕ ਹੈ ਸੱਪ ਬਹੁਤ ਵੱਡੇ ਵੱਡੇ ਫਨ ਖਲਾਰੀ ਬੈਠੇ ਆ ਸੋ ਬਚੋ ਅੱਛਾ ਇੱਕ ਫੇਕ ਨਹੀਂ ਹੋਰ ਆ ਰਹੀ ਹੈ ਮੇਰੇ ਕੋਲੇ ਵੀ ਅਪਾਇੰਟਮੈਂਟਾਂ ਜਿਨ੍ਹਾਂ ਦੀਆਂ ਚੱਕੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਮੇਲਾਂ ਆ ਰਹੀਆਂ ਜਿਨ੍ਹਾਂ ਨੇ ਅਪਾਇੰਟਮੈਂਟ ਚੱਕ ਰੱਖੀਆਂ ਉਹਨਾਂ ਨੂੰ ਮੇਲਾਂ ਆ ਰਹੀਆਂ ਪਤਾ ਨਹੀਂ ਕਾਹਦੀਆਂ ਮੇਲਾਂ ਆ ਰਹੀਆਂ ਕਿਉਂਕਿ ਮੈਂ ਤੰਨਾ ਵੀਰਾਂ ਦੇ ਅਪਾਇੰਟਮੈਂਟਾਂ ਚੱਕੀਆਂ ਆਂਗੀਆਂ ਸੀਗੀਆਂ ਹਣਾ ਤੇ ਉਹ ਇੱਕ ਦੀ ਤਾਂ ਪਰਸੋਂ ਅਪਾਇੰਟਮੈਂਟਾਂ ਤੇ ਇੱਕ ਦੀ ਹਜੇ 20 ਤਰੀਕ ਨੂੰ ਪਤਾ ਨਹੀਂ 22 ਤਰੀਕ ਨੂੰ ਆ ਇਦਾਂ ਕਰਕੇ ਆ ਤੇ ਉਹਨਾਂ ਨੂੰ ਪੁੱਛਿਆ ਮੈਂ ਵੀ ਤੁਹਾਨੂੰ ਕੋਈ ਮੇਲ ਆਈ ਕਹਿੰਦੇ ਭਾਜੀ ਕੋਈ ਮੇਲ ਨਹੀਂ ਆਈਗੀ ਮੇਲਾਂ ਕਾਹਦੀਆਂ ਆ ਰਹੀਆਂ ਪਤਾ ਨਹੀਂ ਕਾਹਦੀਆਂ ਆ ਰਹੀਆਂ ਇਹ ਵੀ ਫੇਕ ਨਿਊਜ਼ ਇੱਕ ਘੁੰਮ ਰਹੀ ਆ ਪਤਾ ਨਹੀਂ ਕਿਹਨੇ ਘਮਾਈ ਆ ਕਿਹਨੇ ਨਹੀਂ ਵੀ ਫੇਕ ਨਿਊਜ਼ ਇਹਦੇ ਨਾਲ ਹੀ ਮੈਂ ਦੱਸ ਦਿੰਦਾ ਬਈ ਉਹਦੇ ਵਿੱਚ ਕਹਿੰਦੇ ਬਈ ਕੋਈ ਡਾਕੂਮੈਂਟਾਂ ਦੀ ਲਿਸਟ ਡਾਕੂਮੈਂਟਰੀ ਲਿਸਟ ਕਿਹੜੀ ਆ ਸਕਰੀਨ ਤੇ ਫੋਟੋ ਵੀ ਦੇਖ ਰਹੇ ਆ ਤਾਜੀ ਜਿਹੜੀ ਅਪਡੇਟ ਮੈਂ ਕੱਢੀ ਆ ਉਸ ਕਮੈਂਟਾਂ ਨੂੰ ਮੈਸੇਜਾਂ ਨੂੰ ਦੇਖਦੇ ਹੋਏ ਡਾਕੂਮੈਂਟਾਂ ਦੀ ਕੋਈ ਲਿਸਟ ਦੇ ਵਿੱਚ ਫੇਰ ਬਦਲਣੀ ਆ ਤੁਸੀਂ ਸਕਰੀਨ ਤੇ ਹੀ ਦੇਖ ਰਹੇ ਆ ਇਹਦੇ ਵਿੱਚ ਕੁਝ ਨਹੀਂ ਉਹੀ ਚੀਜ਼ ਆ ਇੱਕ オリジナル ਲੈਟਰ ਚਾਹੀਦਾ ਮਾਲਕ ਦਾ ਜਿਹਦੇ ਤੇ ਜਿਹਨੂੰ ਆਪਾਂ ਕਹਿ ਸਕਦੇ ਆ ਭਈ ਡਿਕਰਾ ਸੋਨੀ ਡਿਕਰਾ ਸੋਨੀ ਜਿਹਨੂੰ ਕਹਿੰਦੇ ਆ ਮੈਂ ਤੁਹਾਨੂੰ ਇਹ ਅੰਜੀ ਦੱਸ ਦਿੰਦਾ ਵੀ ਡਿਕਰਾ ਡਿਕਰਾ ਸੋਨੀ ਡਿਕਲੇਅਰ ਕਰਦਾ ਹੁੰਦਾ ਮਾਲਕ ਬਈ ਆ ਬੰਦਾ ਮੈਂ ਸੱਦਰਿਆ ਆਹ ਕਾਮ ਆ ਮੇਰਾ ਉਹ ਡਿਕਲੇਅਰ ਉਹ ਟੈਸਟਡ ਹੋਣਾ ਚਾਹੀਦਾ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਹਣਾ ਤੇ ਜਿਹੜਾ ਅੱਗੇ ਕਾਪੀ ਆਫ ਦਾ ਸੀ ਸਟੇਜ ਫੋਰਮ ਫਿਲਡ ਬਾਈ ੈਂਪਲੋਇਰ ਐਂਡ ਆਲਰੇਡੀ ਸਬਮਿਟਡ ਟੂ ਐਸ ਯੂ ਆਈ ਥਰੂ ਦਾ ਅਲੀ ਪੋਰਟਲ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਕੰਮ ਦੇ ਕੰਟਰੈਕਟ ਦਾ ਕੰਮ ਦਾ ਕੰਟਰੈਕਟ ਦੀ ਕਾਪੀ ਜਿਹੜੀ ਮੈਂ ਵੀਡੀਓ ਦੇ ਵਿੱਚ ਵੀ ਸ਼ੇਅਰ ਕਰ ਚੁੱਕਾ ਤੁਹਾਨੂੰ ਵਿਖਾਈ ਵੀ ਸੀਗੀ ਤੇ ਫੇਸਬੁੱਕ ਤੇ ਵੀ ਸ਼ੇਅਰ ਕਰ ਚੁੱਕਾ ਵੀ ਉਹ ਫਾਰਮ ਹੁੰਦਾ ਉਹ ਕਾਪੀ ਹੁੰਦੀ ਆ ਉਸ ਤੋਂ ਬਾਅਦ ਨੂਲਾ ਹਫਤਾ ਦਾ ਹੁੰਦਾ ਹੀ ਹੁੰਦਾ ਠੀਕ ਆ ਤੇ ਇੰਪਲੋਇਰਮੈਂਟ ਦੀ ਆਈਡੀ ਮਾਰਕ ਦੀ ਆਈਡੀ ਪ੍ਰੂਫ ਜਿਹੜੀ ਨਵੀਂ ਇਹ ਅਪਡੇਟ ਆ ਨਵੀਂ ਇਹਨਾਂ ਨੇ ਕੱਢੀ ਆ ਲੈਸਟ ਉਹਦੇ ਚ ਇਹਨਾਂ ਨੇ ਟੈਸਟਡ ਨਹੀਂ ਲਿਖਿਆਗਾ ਠੀਕ ਹੈ ਮਾਲਕ ਦਾ ਆਈਡੀ ਪ੍ਰੂਫ ਨਹੀਂ ਟੈਸਟ ਲਿਖਿਆ ਟੈਸਟਡ ਲਿਖਿਆ ਜਿਹੜਾ ਵੀ ਉਹਦਾ ਜਿਹੜਾ ਤੁਹਾਨੂੰ ਡਿਕਰੇਸ ਹੁਣੀ ਭੇਜੀ ਜਾਣੀ ਆ ਉਹ ਟੈਸਟਡ ਚਾਹੀਦੀ ਹੈ ਚਲੋ ਇਹ ਤੁਸੀਂ ਟੈਸਟਡ ਕਰਵਾਉਗੇ ਬੜੀ ਵਧੀਆ ਗੱਲ ਆ ਕਿਉਂਕਿ ਇਹ ਨਵੀਂ ਚੈਕਲਿਸਟ ਆ ਜਿਹੜੀ ਐਮਬੈਸੀ ਨੇ ਜਾਰੀ ਕੀਤੀ ਹੈ ਇਸ ਤੋਂ ਬਿਨਾ ਜਿਹੜੀਆਂ ਪੁਰਾਣੀਆਂ ਅਪਾਇੰਟਮੈਂਟਾਂ ਚੱਕੀਆਂ ਜਿਨ੍ਹਾਂ ਨੇ ਉਹ ਇਹਨਾਂ ਤੋਂ ਬਿਨਾ ਵੀ ਜਮ੍ਹਾਂ ਹੋ ਰਹੇ ਆ ਪੇਪਰ ਕੋਈ ਚੱਕਰ ਨਹੀਂ ਪਰ ਜਿਹਨਾਂ ਨੇ ਨਵੇਂ ਨੂਨ ਲੈ ਉਸ ਤੇ ਨਿਕਲ ਰਿਹਾ ਮੇਰੇ ਵੀਰ ਖਾਸ ਖਿਆਲ ਰੱਖਿਓ ਇਸ ਗੱਲ ਦਾ ਵੀ ਇਹ ਤਿੰਨ ਚੀਜ਼ਾਂ ਨੂਨ ਲੈ ਉਸ ਤੇ ਦੇ ਨਾਲ ਜਿਹੜੀਆਂ ਲੱਗੀਆਂ ਤੇ ਚਾਹਦੇ ਆ ਕਮੈਂਟਾਂ ਦੇਵਾਲ ਸਾਲ ਦੇ ਪੇਪਰਾਂ ਦੀ ਪਹਿਲਾਂ ਗੱਲ ਕਰਦੇ ਆ ਸਾਲ ਦੇ ਪੇਪਰ ਦੀ ਹਜੇ ਕੋਈ ਅਪਡੇਟ ਨਹੀਂ ਆਉਣ ਲੱਗੀਗੀ ਹਨਾ ਉਹਨਾਂ ਵਾਸਤੇ ਤੁਹਾਨੂੰ ਵੇਟ ਕਰਨੀ ਪੈਣੀ ਆ ਹਜੇ ਕਿਸੇ ਖਾਤੇ 'ਚ ਨਹੀਂ ਚੜਨ ਲੱਗੇ ਸਾਲ ਦੇ ਪੇਪਰ ਠੀਕ ਆ ਇੱਕ ਮੇਰੇ ਵੀਰ ਨੇ ਅੱਜ ਫੋਟੋ ਭੇਜੀ ਕਹਿੰਦਾ ਏਜੰਟ ਨੇ ਮੈਨੂੰ ਫੋਟੋ ਭੇਜੀ ਆ ਵੀ ਅਤਰੇ ਸਾਲੇ ਪੇਪਰ ਤੇਰਾ ਲਿਸਟ ਚ ਨਾਮ ਆ ਗਿਆ ਲਿਸਟ ਕਾਦੀ ਸੀ ਲਿਸਟ ਹੋਈ ਸੀ ਜਿਹੜੇ ਆਪਾਂ ਪੇਪਰ ਕਲੈਕਟ ਨਹੀਂ ਕਰਦੇਗੇ ਮਤਲਬ ਮਤਲਬ ਦਾ 15 ਬੰਦਿਆਂ ਦੇ ਪੇਪਰ ਕਲੈਕਟ ਕੀਤੇ ਹੁੰਦੇ ਆ ਕੰਪਿਊਟਰ ਤੇ ਤੇ ਉਹਨਾਂ ਦੀ ਇਨਵਿਆ ਮਤਲਬ ਭੇਜੇ ਜਾਣ ਦੀ ਲਿਸਟ ਜਿਹੜੀ ਸਾਹਮਣੇ ਆਉਂਦੀ ਹੁੰਦੀ ਹੈ ਵੀ ਪੇਪਰ ਭੇਜੇ ਗਏ ਆ ਕਲੈਕ ਹੋ ਗਏ ਆ ਉਹ ਲਿਸਟ ਹੁੰਦੀ ਆ ਉਹਦੇ ਤੋਂ ਕੋਈ ਨਹੀਂ ਕੋ ਸੱਕ ਕਹਿ ਸਕਦਾ ਵੀ ਤੁਹਾਡੇ ਪੇਪਰ ਹਾ ਨਿਕਲਣਗੇ ਕਿ ਨਹੀਂ ਉਹ ਲਿਸਟ ਹੁੰਦੀ ਆ ਵੀ ਤੁਹਾਡੇ ਪੇਪਰ ਕਲੈਕ ਹੋ ਗਏ ਆ ਉਹ ਲਿਸਟ ਆ ਨੇ ਵੀ ਤੁਸੀਂ ਸਾਹਮਣੇ ਸਕਰੀਨ ਤੇ ਵੇਖ ਰਹੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਅੱਛਾ ਡੋਮੈਸਟਿਕ ਪੇਪਰਾਂ ਦੀ ਡੋਮੈਸਟਿਕ ਪੇਪਰਾਂ ਦੇ ਕਿਹ ਜਿਲ੍ਹਿਆਂ ਦੇ ਵਿੱਚ ਕੋਟੇ ਵੰਡੇ ਗਏ ਆ ਤੇ ਲਿਚੀ ਰਮੈਦਾਸੀ ਤੇ ਵੀ ਲਿਚੀ ਦੋ ਮਿੰਟ ਤੋਂ ਬਾਅਦ ਵਾਲੇ ਕੋਟੇ ਬਾਹਰ ਲਿਚੀ ਜ਼ਿਲ੍ਹੇ ਚ ਠੀਕ ਆ ਕੋਟੇ ਤੋਂ ਬਾਹਰ ਆ ਸਕਦੇ ਕੋਟੇ ਦੇ ਵਿੱਚ ਤੇ ਪਰ ਫਿਲਹਾਲ ਬਾਹਰ ਆ ਰਹੇ ਆ ਨੌਵੇਂ ਵਾਲੀ ਦੂਜੀ ਲਿਸਟ ਨੌਵੇਂ ਵਾਲੇ ਪੇਪਰ ਜਿਹੜੀ ਪਹਿਲੀ ਲਿਸਟ ਸੀਗੀ ਉਹ ਤਕਰੀਬਤ ਤਕਰੀਬਨ ਨਿਕਲ ਰਹੇ ਆ ਜਿਹੜੀ ਦੂਜੀ ਲਿਸਟ ਆ ਹਜੇ ਨਹੀਂ ਆਏਗੀ ਇਹ ਵੀ ਬਹੁਤ ਕੱਲ ਦੀ ਗਰੁੱਪਾਂ ਦੇ ਵਿੱਚ ਖਬਰ ਕਉਮ ਰਹੀ ਆ ਦੂਜੀ ਲਿਸਟ ਆ ਗਈ ਦੂਜੀ ਆ ਗਈ ਲਾ ਗਈ ਲਿਸਟ ਕੋਈ ਲਿਸਟ ਸ਼ੇਅਰ ਨਹੀਂ ਕਰ ਰਿਆ ਤੋ ਸੋ ਤੁਸੀਂ ਮੇਰੇ ਵੀਰੋ ਝੂਠੀਆਂ ਅਫਵਾਹਾਂ ਤੋਂ ਬਚਿਆ ਕਰੋ ਠੀਕ ਐਵੇਂ ਨਹੀਂ ਵੀ ਇੱਕ ਬੰਦੇ ਨੇ ਕਹਦਾ ਵੀ ਦੂਜੀ ਲਿਸਟ ਆ ਗਈ ਦੂਜੀ ਲਿਸਟ ਆ ਗਈ ਦੂਜੀ ਲਿਸਟ ਨਹੀਂ ਆਏਗੀ ਹਜੇ ਨੌਮੀ ਨਲੇ ਪੇਪਰਾਂ ਦੀ ਆਜੂਗੀ ਪਰ ਇੱਕ ਅਦੇ ਦਿਨ ਚ ਉਹ ਵੇਟ ਕਰ ਲਓ ਕੋਈ ਚੱਕਰ ਨਹੀਂ ਮਹਾਰਾਜ ਨੇ ਜੇਕਰ ਤੁਹਾਡਾ ਦਾਣਾ ਪਾਣੀ ਇਟਲੀ ਦੇ ਵਿੱਚ ਲਿਖਿਆ ਤਾਂ ਤੁਸੀਂ ਜ਼ਰੂਰ ਚੁਗੋਗੇ ਜੇ ਨਹੀਂ ਲਿਖਿਆ ਤੇ ਕਈ ਮੇਰੇ ਵੀਰਾਂ ਨੂੰ ਤਾਂ 5-5 ਸਾਲ ਹੋ ਗਏ ਪੇਪਰ ਭਰੌਂਦਾ ਨੂੰ ਨਹੀਂ ਚੁੱਕਿਆ ਜਾਂਦਾ ਦਾਣਾ ਪਾਣੀ ਇਹ ਹਰੇਕ ਦੇ ਹੱਥ ਵਸ ਨਹੀਂ ਹੁੰਦਾ ਨਾ ਕਿ ਏਜੰਡਾ ਦੇ ਹੱਥ ਵਸ ਹੁੰਦਾ ਤੇ ਨਾ ਹੀ ਕਿਸੇ ਬੰਦੇ ਦੇ ਹੱਥ ਵਸ ਹੁੰਦਾ ਹਣਾ ਪੱਕੀ ਜੇ ਕੋਈ ਕਹਿੰਦਾ ਵੀ ਪੈਸੇ ਦੇ ਕੇ ਤੁਹਾਡੇ ਪੇਪਰ ਕਢਵਾ ਦੂੰਗਾ ਉਹ ਤੋਂ ਬਚਿਓ ਠੀਕ ਆ ਇਹੋ ਜਿਹਾ ਕੋਸ ਇਰੀ ਦੇ ਵਿੱਚ ਨਹੀਂ ਚੱਲਦਾ ਅਪਾਇੰਟਮੈਂਟਾਂ ਬਾਰੇ ਪੁੱਛਦੇ ਮੇਰੇ ਵੀਰ ਅਪਾਇੰਟਮੈਂਟਾਂ ਆਸੇ ਤੁਹਾਨੂੰ ਵੇਟ ਕਰਨੀ ਪੈਣੀ ਐ ਕਾਲੀ ਨਾ ਕਰੋ ਪਤਾ ਵੀ ਹੁਣ ਨੂਲੇ ਉਸਤੇ ਮੈਨੂੰ ਵੀ ਪਤਾ ਵੀ ਨੂਲੇ ਉਸਤੇ ਨਿਕਲੇ ਆਪਣੇ ਵੀ ਬਹੁਤ ਬੰਦੇ ਨਿਕਲੇ ਹੋਏ ਆ ਵੇਟ ਕਰ ਰਹੇ ਆ ਅਪਾਇੰਟਮੈਂਟਾਂ ਜਦੋਂ ਓਪਨ ਹੋਣਗੀਆਂ ਉਦੋਂ ਸਾਰਿਆਂ ਨੂੰ ਮਿਲ ਜਾਣਗੀਆਂ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਾ ਲਓ ਵੀ ਅਪਾਇੰਟਮੈਂਟ ਨਹੀਂ ਮਾਰੀ ਮੇਰਾ ਨੂਲਾ ਆਸਤਾ ਨਿਕਲੇ ਨੂੰ ਮਹੀਨਾ ਹੋ ਗਿਆ 10 ਦਿਨ ਹੋ ਗਏ ਵੇਟ ਕਰੋ ਨੋਮਿਨਲ ਪੇਪਰ ਹੁਣ ਪੇਪਰ ਭਰਾ ਸਕਦੇ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵੀ ਇਹੋ ਜਿਹੇ ਏਜੰਟਾਂ ਤੋਂ ਬਚੋ ਠੱਗ ਏਜੰਟਾਂ ਤੋਂ ਬਚੋ ਵੀ ਜਿਹੜੇ ਹੁਣ ਵੀ ਕਹਿੰਦੇ ਆ ਵੀ ਨੋਮਿਨਲ ਪੇਪਰ ਤੁਹਾਡੇ ਭਰਾ ਦੂੰਗਾ ਤਾਂ ਇਹਨਾਂ ਮਹੀਨਿਆਂ ਦੇ ਵਿੱਚ ਕੰਮ ਹੋ ਜਾ ਉਹ ਉਹਨਾਂ ਤੋਂ ਬਚੋ ਠੀਕ ਹੈ ਬਿਨਾ ਪੇਪਰਾਂ ਤੋਂ ਆਪਾਂ ਕਟ ਜਮਾ ਕਰਾਤੀ ਆ ਵੀਰ ਦਾ ਕਮੈਂਟ ਸੀਗਾ ਵੀ ਬਿਨਾ ਪੇਪਰਾਂ ਤੋਂ ਮੈਂ ਕਟ ਜਮਾ ਕਰਾਤੀ ਆ ਬਾਲਕ ਤੋਂ ਬਿਨਾ ਪੇਪਰ ਮਾਲਕ ਦੇ ਲਾਏ ਤੇ ਬਿਨਾ ਹਸਪੀਟੀ ਲਾਏ ਆਪਾਂ ਕਟ ਜਮਾ ਕਰਾਤੀ ਆ ਡਾਕ ਖਾਨ ਨੇ ਕਰ ਲਈ ਆ ਕੋਈ ਚੱਕਰ ਨਹੀਂ ਤੇ ਵੀਰ ਹੁਣ ਡਰਿਆ ਹੋਇਆ ਬਈ ਮੈਨੂੰ ਰਿਪੋਰਟ ਤਾਂ ਨਹੀਂ ਕਰ ਦੇਣਗੇ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਕਿਤੇ ਨਹੀਂ ਇਟਲੀ ਦੇ ਵਿੱਚ ਜੇ ਤੁਸੀਂ ਆ ਗਏ ਆ ਨਾ ਇੱਥੇ ਕੋਈ ਰਿਪੋਰਟ ਨਹੀਂ ਕਰਦਾ ਜਿੰਨਾ ਚਿਰ ਤੁਸੀਂ ਕੋਈ ਕ੍ਰਿਮੀਨਲ ਕੇਸ ਨਹੀਂ ਕਰਦੇ ਕੋਈ ਰਿਪੋਰਟ ਨਹੀਂ ਕਰਦਾ ਅgetElementById ਵਿੱਚ ਇਸ ਗਦੋਂ ਬੇਫਿਕਰ ਹੋ ਆ ਜੇਕਰ ਇਥੇ ਛਤਰਪੋਲਾ ਕਰਦੇ ਰਹੋਗੇ ਕਿਸੇ ਨਾਲ ਤੇ ਫਿਰ ਅਗਲੇ ਚੱਕ ਕੇ ਬਾਹਰ ਮਾਰਨਾ ਫੇਰ ਮੈਨੂੰ ਕਿਉਂ ਇਹ ਠੀਕ ਹੈ ਜੇਕਰ ਛੇਤਰੋ ਛੇਤਰੀ ਹੋਈ ਜਾਣਾ ਇਥੇ ਖਾ ਪੀ ਕੇ ਫਿਰ ਤਾਂ ਕਰਨਾ ਹੀ ਕਰ ਮਾਰ ਲੈਣੇ ਨੂਲਾ ਹਸਤਾ ਤੇ ਪਾਸਪੋਰਟ ਵਿੱਚ ਪ੍ਰੋਬਲਮ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਦੋਸਤੋ ਵੀ ਫੇਰ ਪੁੱਛੀ ਜਾਂਦੇ ਆ ਮੇਰੇ ਵੀਰ ਤੁਸੀਂ ਆਪਣੀਆਂ ਵੀਡੀਓ ਪੂਰ ਗਾਣੀ ਸੁਣ ਦੇਗੇ ਜਿਹੜੀਆਂ ਮੈਂ ਵੀਡੀਓ ਪਹਿਲਾਂ ਅੱਜ ਤੋਂ ਪਹਿਲਾਂ ਅਪਲੋਡ ਕਰ ਚੁੱਕਾ ਵੀ ਨੂਲਾ ਉਸਤੇ ਪਾਸਪੋਰਟ ਦੇ ਵਿੱਚ ਕੀ ਕੁਝ ਚਾਹੀਦਾ ਹੁੰਦਾ ਕੀ ਕੁਝ ਨਹੀਂ ਜੇਕਰ ਪ੍ਰੋਬਲਮ ਹੈਗੀ ਵੀ ਨੂਲੇ ਉਸਤੇ ਦੇ ਪਾਸਪੋਰਟ ਦੇ ਵਿੱਚ ਫਰਕ ਹੈਗਾ ਨਾਮ ਦੇ ਵਿੱਚ ਡੇਟ ਆਫ ਬਰਥ ਦੇ ਵਿੱਚ ਤੇ ਪਲੇਸ ਆਫ ਬਰਥ ਦੇ ਵਿੱਚ ਫਿਰ ਤੁਹਾਡਾ ਆਬਜੈਕਸ਼ਨ ਲੱਗਣਾ ਅੰਬੈਸੀ ਦੇ ਵਿੱਚ 100% ਲੱਗਣਾ ਇਸ ਤੋਂ ਚੰਗਾ ਤੁਸੀਂ ਪੇਪਰ ਜਮਾ ਕਰਾਉਣ ਤੋਂ ਪਹਿਲਾਂ ਅੰਬੈਸੀ ਦੇ ਵਿੱਚ ਉਹ ਠੀਕ ਕਰਵਾ ਲਓ ਨਹੀਂ ਬਾਅਦ ਚ ਅਬਜੈਕਸ਼ਨ ਲੱਗ ਗਿਆ ਤੁਹਾਨੂੰ ਵੀਜ਼ਾ ਮੈਲ ਦੇ ਵਿੱਚ 4 ਮਹੀਨੇ 5 ਮਹੀਨੇ 6 ਮਹੀਨੇ ਵੀ ਲੱਗ ਸਕਦੇ ਆ 7 ਮਹੀਨੇ ਵੀ ਲੱਗ ਸਕਦੇ ਆ ਇੱਕ ਕਰੀ ਅੰਬੈਸੀ ਨੇ ਫੈਲ ਸਾਈਡ ਤੇ ਕਰਤੀ ਤੇ 7 ਮਹੀਨੇ ਤੱਕ ਦਾ ਟਾਈਮ ਲੱਗ ਸਕਦਾ ਉਸ ਤੋਂ ਪਹਿਲਾਂ ਵੀ ਤੁਸੀਂ ਠੀਕ ਕਰਵਾ ਲਓ ਉਹਨੂੰ ਹੋ ਜਾਊਗਾ ਠੀਕ ਕੋਈ ਚੱਕਰ ਨਹੀਂ ਤੁਸੀਂ ਆਹਦੇ ਮਾਲਕ ਨੂੰ ਕਹੋ ਵੀ ਪਰਫਾ ਤੂਰੇ ਨੂੰ ਮੇਲ ਕਰੇ ਵੀ ਇਹਦੇ ਵਿੱਚ ਆਹ ਕਰੈਕਸ਼ਨ ਆ ਠੀਕ ਕੀਤੀ ਜਾਵੇ ਉਹ ਪਰਫਾ ਤੂਰਾ ਮੇਲ ਕਰ ਦੂੰਗਾ ਅੰਬੈਸੀ ਨੂੰ ਵੀ ਇਹਦੀ ਆਹ ਕਰੈਕਸ਼ਨ ਸੀਗੀ ਠੀਕ ਹੋ ਜੀਗੀ ਸਹੀ ਸਹੀ ਹੈ ਨਾ ਅੱਛਾ ਦਸੰਬਰ ਵਾਲੇ ਡੋਮੈਸਟਿਕ ਪੇਪਰ ਡੋਮੈਸਟਿਕ ਪੇਪਰ ਦਸੰਬਰ ਵਾਲੇ ਨਿਕਲ ਰਹੇ ਆ ਹੌਲੀ ਹੌਲੀ ਨਿਕਲ ਰਹੇ ਜਿਹਦੇ ਅਜੇ ਤੱਕ ਕੋਟੇ ਦੇ ਵਿੱਚ ਹੈਗੇ ਆ ਤੇ ਜਿਹਦੇ ਕੋਟੇ ਤੋਂ ਬਾਹਰ ਹੋ ਗਿਆ ਹੋ ਗਿਆ ਉਹ ਭੁੱਲ ਜੋ ਸਹੀ ਹੈ ਇੰਸ਼ੋਰੈਂਸ 10 ਮਹੀਨੇ ਦੀ ਚੱਲੂ ਕੇ ਨਹੀਂ ਇੰਸ਼ੋਰੈਂਸ ਮਹੀਨੇ ਦੀ ਵੀ ਚੱਲ ਸਕਦੀ ਆ ਤੇ 2 ਮਹੀਨੇ ਦੀ ਵੀ ਚੱਲ ਸਕਦੀ ਹੈ ਤੇ 8 ਦਿਨ ਦੀ ਵੀ ਚੱਲ ਸਕਦੀ ਹੈ ਤੇ 8 ਘੰਟੇ ਦੀ ਵੀ ਚੱਲ ਸਕਦੀ ਹੈ ਜੇਕਰ ਤੁਸੀਂ 에어ਪੋਰਟ ਤੋਂ ਚੜ੍ਹਨ ਲੱਗੇ ਹੀ ਇੰਸ਼ੋਰੈਂਸ ਕਰਵਾਉਂਗੇ ਹਨਾ ਮਤਲਬ 8-10 ਘੰਟੇ ਦਾ ਸਵਾਰਾ ਤੁਹਾਡਾ ਉਨੀ ਕਰਵਾਉਂਗੇ ਉਹ ਵੀ ਚੱਲ ਜੂਗੀ ਕੋਈ ਚੱਕਰ ਨਹੀਂ ਇੰਸ਼ੋਰੈਂਸ 에어ਪੋਰਟ ਤੇ ਮੰਗਣੀ ਹੈ ਤੁਹਾਡੀ ਅੰਬੈਸੀ ਵਾਲੇ ਬਿਨਾ ਇੰਸ਼ੋਰੈਂਸ ਤੋਂ ਵੀ ਫੈਲ ਜਮਾ ਕਰ ਲੈਂਦੇ ਆ ਕੋਈ ਚੱਕਰ ਨਹੀਂ ਅੱਛਾ ਰਸੀਦ ਚੈੱਕ ਕਰਨੀ ਹੈ ਸੋ ਦੋਸਤੋ ਪੁਰਾਣੀ ਵੀਡੀਓ ਵੇਖਿਆ ਕਰੋ ਵੀ ਰਸੀਦ ਤੁਸੀਂ ਕਿਵੇਂ ਚੈੱਕ ਆਪਦੀ ਆਪ ਕਿਵੇਂ ਕਰ ਸਕਦੇ ਹੋ ਵੀ ਤੁਹਾਡੀ ਰਸੀਦ ਦੇ ਉੱਤੇ ਕੀ ਹੈ ਮੈਂ ਤੁਹਾਨੂੰ ਅਹੀ ਦੱਸ ਰਹੇ ਹਾਂ ਵੀ ਆਪਣੀਆਂ ਸਾਰੀਆਂ ਪੂਰੀ ਵੀਡੀਓ ਨੂੰ ਤੁਸੀਂ ਸੁਣਦੇ ਨਾ ਵੇਖਦੇ ਆ ਪੂਰੀ ਵੀਡੀਓ ਹਨਾ ਤੁਸੀਂ ਉਹਨਾਂ ਕਹੇ ਹਿੱਸਾ ਹੀ ਵੇਖਦੇ ਆ ਸਕਿਪ ਕਰ ਕਰਕੇ ਵੀ ਜਿੱਥੋਂ ਤੱਕ ਤੁਹਾਡੀ ਜਾਣਕਾਰੀ ਹੋਵੇ ਪੂਰੀ ਵੀਡੀਓ ਵੇਖਿਆ ਕਰੋ ਬਹੁਤ ਜਾਣਕਾਰੀ ਹੁੰਦੀ ਹੈ ਹਰੇਕ ਵੀਡੀਓ ਦੇ ਵਿੱਚ ਸੋ ਰਸੀਦ ਜੀ ਚੈੱਕ ਕਰਨੀ ਹੈ ਪੁਰਾਣੀ ਵੀਡੀਓ ਵੇਖੋ ਇੱਕ ਉਹਦੇ ਵਿੱਚ ਵਿੱਚ ਮੈਂ ਸਾਰਾ ਕੁਝ ਦਿਖਾਇਆ ਹੋਇਆ ਵੀ ਰਸੀਦ ਦੇ ਉੱਤੇ ਕਿੱਥੇ ਕੀ ਲਿਖਿਆ ਹੁੰਦਾ ਕਿਵੇਂ ਚੈੱਕ ਹੁੰਦੀ ਹੈ ਦਸੰਬਰ 9 ਮਹੀਨੇ ਵਾਲੀ ਦੀ ਕੋਈ ਆਸ ਦਸੰਬਰ 9 ਮਹੀਨੇ ਵਾਲੇ ਪੇਪਰਾਂ ਦੀ ਕੋਈ ਆਸ ਨਾ ਰੱਖੋ ਮੇਰੇ ਵੀਰ 9 ਮਹੀਨੇ ਵਾਲਿਆਂ ਦੀ ਦਸੰਬਰ ਵਾਲੀ ਵੀ ਪਰ ਦੀ ਸਾਵਲ ਵਾਲੇ ਦੀ ਤੁਸੀਂ ਆਸ ਰੱਖ ਸਕਦੇ ਆ ਅਛਾ ਪਰਸਨਲ ਜਿਹਨੇ ਗੱਲ ਕਰਨੀ ਹੈ ਵੀ ਕਿਹਨਾਂ ਪਰਸਨਲ ਗੱਲ ਕਰਨੀ ਹੈ ਤੁਸੀਂ ਫੇਸਬੁੱਕ ਪੇਜ ਪੰਜਾਬੀ ਤੜਕਾ ਤੇ ਆਪਾਂ ਨੂੰ ਮੈਸੇਜ ਛੱਡ ਦਿਓ ਮੈਸेंजर ਦੇ ਉੱਤੇ ਠੀਕ ਆ ਵੋਇਸ ਮੈਸੇਜ ਛੱਡਿਓ ਪ੍ਰੋਬਲਮ ਕੀ ਆ ਬੋਲ ਕੇ ਛੱਡਿਓ ਜੇਕਰ ਜੈਨੂਇਨ ਪ੍ਰੋਬਲਮ ਹੋਊਗੀ ਮੈਂ ਤੁਹਾਡਾ ਮੈਸੇਜ ਦਾ ਜਵਾਬ ਦਊਂਗਾ ਤੁਹਾਨੂੰ ਆਪਦਾ ਪਰਸਨਲ ਨੰਬਰ ਭੇਜੂੰਗਾ ਤੇ ਗੱਲ ਕਰੂੰਗਾ ਜੇਕਰ ਉਹ ਹੀ ਪੁੱਛਣਾ ਮੇਰਾ ਹੀ ਟਾਈਮ ਆ ਆ ਟਾਈਮ ਨਿਕਲ ਜਾਣਗੇ ਨਿਕਲ ਨਹੀਂ ਨਿਕਲਣੇ ਉਹਦਾ ਕਿਸੇ ਦਾ ਜਵਾਬ ਨਹੀਂ ਤਾਂ ਹੈ ਨਾ ਕਿਉਂਕਿ ਉਹਦਾ ਮੇਰੇ ਕੋਲੇ ਵੀ ਜਵਾਬ ਹੈ ਨਹੀਂਗਾ ਅੱਛਾ ਪੀਸੀਸੀ ਲੋਡ ਪੈਂਦੀ ਆ ਕਿ ਨਹੀਂ ਪੀਸੀਸੀ ਦੀ ਲੋਡ ਨਹੀਂ ਪੈਂਦੀ ਦੋਸਤੋ ਠੀਕ ਆ ਇਟਲੀ ਦੇ ਵਰਕ ਪਰਮਿਟ ਵਾਸਤੇ ਅੱਗੇ ਫੈਮਿਲੀ ਨੂਨ ਲੈ ਉਸ ਦੇ ਨਾਲ ਪੇਪਰ ਅਟੈਸਟਡ ਤੁਸੀਂ ਅੰਬੈਸੀ ਦੀ ਜਿਹੜੀ ਚੈਕਲਿਸਟ ਆ ਪੇਪਰਾਂ ਦੀ ਉਦੋਂ ਤੇ ਵੇਖੋ ਵੀ ਕਿਹੜੇ ਕਿਹੜੇ ਪੇਪਰ ਚਾਹੀਦੇ ਆ ਫੈਮਿਲੀ ਨੂੰ ਲੈ ਉਸ ਦੇ ਨਾਲ ਹੈਨਾ ਟੈਸਟਡ ਕਿਹੜੇ ਕਿਹੜੇ ਚਾਹੀਦੇ ਆ ਮੇਰੇ ਹਿਸਾਬ ਨਾਲ ਤੁਹਾਡੇ ਹਸਬੰਦ ਜਾਂ ਵਾਈਫ ਜੀ ਜਿਹੜਾ ਕਰ ਤੁਹਾਨੂੰ ਬੁਲਾ ਰਿਆ ਉਹਦੀ ਆਈਡੀ ਪ੍ਰੂਫ ਆ ਜਿਹੜੀ ਉਹੀ ਅਟੈਸਟਡ ਚਾਹੀਦੀ ਹੋਣੀ ਜਾਂ ਜਿਹੜਾ ਐਫੀਡੇਵਿਟ ਲੱਗਦਾ ਹੁੰਦਾ ਵੀ ਮੇਰੀ ਵਾਈਫ ਆ ਤੇ ਮੈਂ ਉਹਨੂੰ ਬੁਲਾ ਰਿਆ ਉਹ ਟੈਸਟਡ ਚੱਲੂਗੀ ਨੂੰ ਲੈ ਉਸ ਤੇ ਹੀ ਤਰੀਕ ਅੱਗੇ ਵੱਧ ਸਕਦੀ ਏ ਕਿ ਨਹੀਂ ਨਹੀਂ ਨੂੰ ਲੈ ਉਸ ਤੇ ਹੀ ਤਰੀਕ ਅੱਗੇ ਨਹੀਂ ਵੱਧ ਸਕਦੀ ਨੂ ਲਾਸਤਾ 6 ਮਹੀਨੇ ਤੱਕ ਵੈਲਡ ਹੁੰਦਾ 6 ਮਹੀਨੇ ਦੇ ਵਿੱਚ ਵਿੱਚ ਜੇਕਰ ਤੁਸੀਂ ਅਪਾਇੰਟਮੈਂਟ ਬੁੱਕ ਕਰ ਲਈ ਹੈ ਤੇ ਫਿਰ ਉਹ ਪਾ 6 ਮਹੀਨੇ ਬਾਅਦ ਦੀ ਅਪਾਇੰਟਮੈਂਟ ਆ ਤੁਹਾਡੀ ਉਹ ਵੈਲਡ ਬੰਨਿਆ ਜਾਊਗਾ ਜੇ 6 ਮਹੀਨੇ ਐਕਸਪਾਇਰ ਹੋਣ ਤੋਂ ਬਾਅਦ ਤੁਸੀਂ ਅਪਾਇੰਟਮੈਂਟ ਬੁੱਕ ਕਰਦੇ ਆ ਤੇ ਉਸ ਤੋਂ ਬਾਅਦ ਨੂ ਲਾਸਤਾ 0 ਹੋ ਜਾਣਾ ਸੋ ਮੇਰੇ ਵੀਰ ਡਰ ਨਹੀਂ ਲੋੜ ਨਹੀਂ ਕਿ ਜੇਕਰ ਤੁਹਾਡਾ ਨੂ ਲਾਸਤਾ 10 15 ਦਿਨ ਤੋਂ ਘੱਟ ਰਹਿ ਗਿਆ ਨਾ ਵੈਲਿਡ ਤੁਸੀਂ ਸਿੱਧੇ ਐਮਬੈਸੀ ਜਾ ਸਕਦੇ ਆ ਸਿੱਧੇ ਤੇ ਜੇਕਰ 15 ਦਿਨ ਤੋਂ ਵੱਧ ਹੈਗਾ ਫਿਰ ਐਮਬੈਸੀ ਵਾਲਿਆਂ ਨਾਲ ਮੋੜ ਦੇਣਾ ਬਈ ਅਪਾਇੰਟਮੈਂਟ ਚੱਕੋ ਠੀਕ ਆ ਇਹ ਮੈਂ ਤੁਹਾਨੂੰ ਦੱਸਦਾ ਵੀ ਜਿਹਦੇ 10 15 ਦਿਨ ਤੋਂ ਘੱਟ ਰਹਿ ਗਿਆ ਵੀ ਇਹ ਸਾਨੂੰ ਅਪਾਇੰਟਮੈਂਟ ਨਹੀਂ ਮਿਲੀ ਨੂੰ ਲਾਸਤਾ ਹੁਣ ਮਿਲਿਆ ਤੇ ਉਹ ਆਦਾ ਚਾਰਜ ਲੈਂਦੇ ਆ ਐਮਬੈਸੀ ਵਾਲੇ ਤੇ ਚਾਰਜ ਲੈ ਕੇ ਤੁਹਾਡਾ ਨੂੰ ਲਾਸਤਾ ਜਮ੍ਹਾਂ ਕਰ ਲੈਣਗੇ ਕੋਈ ਚੱਕਰ ਨਹੀਂ ਸੋ ਦੋਸਤੋ ਇਹੀ ਸੀ ਮੇਰਾ ਮੇਰਾ ਅਪਡੇਟ ਤੇ ਜੇ ਵੀਡੀਓ ਚੰਗੀ ਲੱਗੀ ਹੈ ਤੇ ਫਿਰ ਹਜੇ ਵੀ ਲਾਇਕ ਨਹੀਂ ਕੀਤਾ ਤੇ ਫੇਰ ਆਪਾਂ ਆਨლაιν ਦੇ ਨਾਲ ਚ ਵੀਡੀਓ ਬਣਾਉਣੀ ਛੱਡ ਦੇਾਂਗੇ ਜੇਕਰ ਤੁਸੀਂ ਲਾਇਕ ਹੀ ਨਹੀਂ ਕਰਦੇ ਤੇ ਆਪਾਂ ਵੀਡੀਓ ਨਹੀਂ ਬਣਾਉਂਦੇ ਠੀਕ ਠੀਕ ਨਾ ਮਜ਼ਾਕ ਕਰੀਆ ਨਾ ਸੋ ਓਕੇ ਅਸੀ ਕਾ ਰਬਰਾਕਾ